अस्सलाम वालेकुम नाज़रीन, मेरे चैनल देसी एग्रीकल्चर दे विच शामजीत, मैं जुनेद अली जनाब तुहाडी खिदमत दे विच हाज़र हाँ। रात नूं बारिश होई है अलहमदुलिल्ला काफ़ी ज़्यादा, नाल बर्फबारी भी होई है, थोड़ा जिहा फसलां दा नुकसान होया वे, साडा एक छत भी डिग पिया वे, तुहानूं उह वी विखाउणे आ इंशाला। ते ऐ वेखो ऐ गंदम दी फसल सी ते ऐ लेट गई है, ये फसल जिहड़ी है फुल तैयार सी, समझ लो कि फसल ने सिटा कढ लिया सी, ते कोई गल नहीं, अल्लाह ताला जिहड़ा भी काम करदे ने अलहमदुलिल्लाह उहदे लई उहदे विच बहुत ज़्यादा बेहतरी हुंदी है, अल्लाह ताला दा शुक्र है। अपने फार्म च चला वा ते उत्थे तुहानूं वहाना वा कि उत्थे भी एक सीन हो गया मठा जिहा, ऐ तुहाडी हो गया, ऐ इत्थे एक जिहड़ा पखा वे उत्थे असां गार्डर नहीं सी पाया लोहे दा, उत्थे इक छतीर पाया सी, ते छतीर ज़रा कमज़ोर सी, तो बदल शदल पिया तो जरा मिट्टी का वजन बनया, तो है ना इतने एक पखा डिग पे, थले जानवर जोड़े ने अलहमदुल्ला, एक जानवर भी थले झोटी वो बच गई है अलहमदुल्ला, तो आ थली मलबा सारा जोड़ा वे चुक लिया पा के, तो हूँ बहर बहर सट लिया वे, हूँ आ ग्रीन टी की भर्ती करी अपने अंदर, सैकल तो पेट्रोल टंग लिया पाया वे, तो हूँ असं चले हाँ पट्ठे वढ़न, मौका वारदात पहुँच गया जनाब, असी ਆ ਮੁੰਡੇ ਤਾਂ ਅਸਾਂ ਰੱਖ ਲਿਆ ਰਾਕਟ ਲਾਂਚਰ, ਇਹਦੇ ਨਾਲ ਅਸਾਂ ਪੱਠੇ ਵੱਢਦੇ ਨੇ, ਇਹ ਜਿਹੜੀ ਪੈਲੀ ਦੇ ਵਿੱਚ ਅਸੀਂ ਜਿਹੜੇ ਅੱਜ ਪੱਠੇ ਵੱਢਦੇ ਨੇ, ਜਵੀ ਦੇ ਪੱਠੇ ਵੱਢਦੇ ਨੇ ਅਸਾਂ, ਸਰਦੀਆਂ ਦੇ ਵਿੱਚ ਜਿਹੜਾ ਸਭ ਨਾਲੋਂ ਅੱਛਾ ਚਾਰਾ ਵੇ ਉਹ ਜਵੀ ਦਾ ਚਾਰਾ ਵੇ, ਅਤੇ ਜਵੀ ਦਾ ਚਾਰਾ ਕਸ਼ਟ ਕਰਿਆ ਕਰੋ, ਛਟਾਲੇ ਦਾ ਚਾਰਾ ਕਿਸੇ ਕੰਮ ਦਾ ਨਹੀਂ ਹੁੰਦਾ, ਅਤੇ ਇਹ ਤੁਹਾਡਾ ਚਾਚਾ ਵੇਖੋ, ਉਹ ਚਾਚਾ ਅਤੇ ਰਹਿੰਦੇ ਨੇ ਮੈਂ ਮਸ਼ੀਨ ਨਾਲ ਵੱਢ ਹੜਦਾ, ਇਹ ਪੈਲੀ ਜਿਹੜੀ ਹੈ ਨਾ ਐਸੇ ਚਾਚੇ ਦੀ ਹੈ, ਅੱਜ ਜਦੋਂ ਮੈਂ ਕੈਮਰਾ ਮਾਰਿਆ ਸੀ ਇਹਨੇ ਮੈਨੂੰ ਕਿਹਾ ਸੀ ਬਈ ਪੱਠੇ ਤੂੰ ਬੀਜ ਲਾ ਅਤੇ ਅੱਧੇ ਤੂੰ ਪਾ ਲਈ ਅਤੇ ਅੱਧੇ ਮੈਂ ਪਾ ਲਾਂਗਾ, ਚਾਚੇ ਦੀ ਪੈਲੀ ਵਿਹਲੀ ਹੋਈ ਸੀ ਪਈ, ਉਹ ਜਨਾਬ ਮੈਂ ਬੀਜ ਲਏ ਨੇ ਅਤੇ ਮੌਜ ਲੱਗ ਗਈ, ਹੁਣ ਚਾਚੇ ਨਾਲ ਬਹੁਤੇ ਮੈਂ ਪਾਉਂਦਾ ਹੋ ਪਿਆ, ਜਿਹੜਾ ਪੈਟਰੋਲ ਲਿਆਉਂਦਾ ਸੀ ਹੁਣ ਮਸ਼ੀਨ ਦੇ ਵਿੱਚ ਸੱਟੀਏ, ਅਲਹਮਦੁਲਿਲਾ ਜੀ ਰੇੜਾ ਚੰਗਾ ਮਸ਼ੀਨ ਨੇ ਵੱਢ ਰਿਹਾ ਵੇ, ਮਸ਼ੀਨ ਦਾ ਅਸੀਂ ਤਾਂ ਫਾਇਦਾ ਦਾਤਰੀ ਨਾਲ ਅਸਾਂ ਸਾਰਾ ਦਿਨ ਇਸੇ ਕੰਮ ਹੀ ਲੱਗਿਆ ਰਹਿਣਾ, ਅਤੇ ਆਹੀ ਪਰਾਤ ਰਹਿ ਗਈ ਹੁਣ ਆ ਮਸ਼ੀਨ ਨੂੰ ਰਹੀ ਹੈ, ਇੱਥੇ ਆ ਚਾਚੇ ਦੇ ਅੰਦਰ ਰਹੀ ਹੈ ਮਸ਼ੀਨ ਨੂੰ, ਆਪਣੀ ਮਸ਼ੀਨ ਖਰਾਬ ਹੋ ਗਈ ਸੀ ਅਤੇ ਉਹ ਰਿਪੇਅਰ ਹੋ ਗਈ ਹੈ, ਅਤੇ ਹੁਣ ਮੈਂ ਕਿਸੇ ਦੀ ਲਿਆਉਂਦੀ ਸੀ, ਦੋ ਤਿੰਨ ਨੇ ਇਸਤੇਮਾਲ ਕੀਤੀ ਹੈ, ਅਤੇ ਮੈਂ ਕਿਹਾ ਉਹਨੂੰ ਦੇ ਆਈਏ, ਇਹ ਜਨਾਬ ਸਾਡੇ ਦੋਸਤ ਨੇ ਜਿਹਨਾਂ ਕੋਲੋਂ ਮਸ਼ੀਨ ਲਈ ਸੀ, ਅਤੇ ਮੈਂ ਕਿਹਾ ਹੁਣ ਇਹਨਾਂ ਦਾ ਸ਼ੁਕਰੀਆ ਅਦਾ ਕਰ ਦਈਏ, ਬਹੁਤ ਸ਼ੁਕਰੀਆ ਤੁਸੀਂ ਸ਼ਾਨ ਸਾਹਿਬ ਜੀ, ਜਨਾਬ ਕੋਈ ਗੱਲ ਨਹੀਂ ਹੈ, ਮਸ਼ੀਨ ਤੁਹਾਡੀ ਨੇ ਮਾਸ਼ਾਅੱਲਾ ਬਹੁਤ ਅੱਛੀ ਪਰਫਾਰਮੈਂਸ ਕੀਤੀ ਹੈ, ਚਲੋ ਹਾਂਜੀ, ਅਤੇ ਇਹ ਗੰਨੇ ਛੰਨੇ ਵੱਢ ਦਿਓ ਕਿ ਚਲ ਖੜਨੇ ਜੇ, ਭਾਈ ਜ਼ੁਲਕਰਨ ਇਹਨਾਂ ਨੇ ਖੀਰ ਪਕਾਉਣੀ ਹੈ, ਅੱਛਾ ਜੀ ਉਹਦੇ ਵਾਸਤੇ ਲੱਗੇ ਜੀ, ਸਹੀ ਹੋ ਗਿਆ ਠੀਕ ਹੈ, ਚਲੋ ਮਾਸ਼ਾਅੱਲਾ ਪਿੰਡਾਂ ਦੀ ਇਹੋ ਤਾਂ ਸੁਗਾਤ ਹੁੰਦੀ ਹੈ ਮਾਸ਼ਾਅੱਲਾ, ਹੁਣ ਅਸੀਂ ਪਿੰਡ ਆਏ ਹਾਂ ਤਾਂ ਪਿੰਡੋ ਫਿਰ ਨਾਲ ਦੇ ਪਿੰਡ ਆ ਗਏ ਹਾਂ, ਇੱਥੋਂ ਇਹ ਵੱਡਾ ਮੈਂ ਮਕਈ ਦਾ ਦਲੀਆ ਬਣਵਾਉਣਾ ਵਾ, ਮਕਈ ਮੈਂ ਸਟਾਕ ਕੀਤੀ ਹੈ ਆਪਣੀ, ਅਤੇ ਇਹ 40 ਕਿਲੋ ਜਿਹੜਾ ਵਜ਼ਨ ਹੈ ਇਹ ਮੈਂ ਸਾਈਕਲ 'ਤੇ ਰੱਖ ਕੇ ਲਿਆਉਂਦਾ ਸੀ, ਅਤੇ ਇੱਕ ਤੋੜਾ ਇੱਥੇ ਰਾਹੜੀ ਦਾ ਅਤੇ ਦੂਸਰਾ ਤੋੜਾ ਲੈ ਜਿਹਦਾ ਫਿਰ, ਅਤੇ ਦੂਸਰਾ ਤੋੜਾ ਵੀ ਇੱਥੇ ਹੀ ਹੈ, ਕਿਹੜਾ ਜੇ ਆਦਰ ਸਾਹਿਬ ਸਾਡਾ ਤੋੜਾ, ਅਤੇ ਨਾਲੇ ਕਾਪੀ ਕੱਢੋ ਹਾਂ ਸਾਡਾ ਖਾਤਾ ਵੀ ਕੱਢੋ ਤਰਾ, ਅਤੇ ਆਦਰ ਸਾਹਿਬ ਨਾਲ ਸਾਡੇ ਖਾਤੇ ਵੀ ਵੱਡੇ ਨੇ, ਅਤੇ ਹੁਣ ਵੇਖਦੇ ਹਾਂ ਕਿੰਨਾ ਖਾਤਾ ਬਣੇ ਆ, ਕਿੰਨਾ ਹੋ ਗਿਆ ਟੋਟਲ, ਭਾਈ ਆ ਜਾਲੇ ਪਾ ਕੇ 2200 ਰੁਪਈਆ, ਇਹ ਸਾਡਾ ਬੈਗ ਹੈ, ਇਹ ਬੱਚੇ ਦਿੰਦਾ ਨੋਟਾਂ ਦੇ, ਲੋ ਆਦਰ ਸਾਹਿਬ ਬਿਸਮਿਲਾ, ਅਤੇ ਇਹ 2100 ਅਤੇ 10 ਰੁਪਏ ਜੇ ਅਤੇ 90 ਫਿਰ ਖਾਤੇ 'ਤੇ ਚਾੜ ਦਿਓ, ਜਾਗ ਲੱਗੀ ਚੰਗੀ ਹੁੰਦੀ ਹੈ, ਅਲਹਮਦੁਲਿਲਾ ਜੀ ਹੁਣ ਅਸੀਂ ਪਿੰਡ ਤੋਂ ਫਿਰ ਫਾਰਮ 'ਤੇ ਜਾ ਰਹੇ ਹਾਂ, 2 ਕਿਲੋਮੀਟਰ ਦਾ ਸਾਡਾ ਸਫ਼ਰ ਹੈ ਜਿਹੜਾ ਅਸਾਂ ਕਰਨਾ ਵੇ, ਅਤੇ ਆ ਪਿੱਛੇ ਖਾਲੀ ਕੁੱਪੀਆਂ ਅਤੇ ਦਲੀਆ ਉੱਤੇ ਮਕਈ ਦਾ ਰੱਖ ਲਿਆ, ਅਲਹਮਦੁਲਿਲਾ ਜੀ ਫਾਰਮ 'ਤੇ ਅਸੀਂ ਬਿਲਕੁਲ ਕਰੀਬ ਪਹੁੰਚ ਗਏ ਹਾਂ, ਜਾਨਵਰ ਅੱਗੇ ਆਰਾਮ ਫਰਮਾ ਰਹੇ ਨੇ, ਅਸਲਾਮ ਵਾਲੇਕਮ ਜੀ, ਇੱਥੇ ਜਵਾਨ ਇੱਕ ਗੰਨਿਆਂ ਨੂੰ ਜੁੜੇ ਆ ਵੇ, ਮੈਂ ਜਨਾਬ ਮਟੀਰੀਅਲ ਲੈਣ ਗਿਆ ਸਾ, ਦੌੜਾਂ ਹੀ ਨੀ ਮੁੱਕਦੀਆਂ, ਇਹ ਚਾਂਦ ਸਾਹਿਬ ਇਹ ਵੀ ਵਲੌਗ ਬਣਾ ਰਹੇ ਨੇ, ਚਾਂਦ ਸਾਹਿਬ ਵੀ ਅਲਹਮਦੁਲਿਲਾ ਜੀ ਪੱਠੇ ਅਸਾਂ ਕੁਤਰ ਲਏ ਨੇ, ਇਹਦਾ ਸਿਟੀ ਵੀ ਬੋਲ ਪਈ ਹੈ, ਮਾਸ਼ਾਅੱਲਾ ਸ਼ਬੋ ਤੇ ਬੜੀ ਪਿਆਰੀ ਆ ਰਹੀ ਹੈ,
ਅਲਹਮਦੁਲਿਲਾ ਇਧਰ ਜਨਾਬ ਰਫਾਨ ਨੂੰ ਗਿਲਾ ਵੇ ਕੇ ਸਮੋਸੇ ਨੀ ਮੈਂ ਦਿਲੇ ਲਿਆਂਦੇ ਇਹਨੂੰ ਮੈਂ ਸਮਝਾਇਆ ਵੇ ਕੇ ਸਮੋਸੇ ਜੈਸਾ ਖਾ ਲੇ ਤੇ ਇਹ ਗੋਸ਼ਤ ਫਿਰ ਕਿਨੇ ਖਾਣਾ ਵੇ ਕਿਉਂਕਿ ਸਮੋਸਾ ਅੱਗੇ ਜਿਹੜਾ ਵੇ ਮੇਰੇ ਨੂੰ ਡਿੱਗ ਕੇ ਖੜਦਾ ਵੇ ਆਹ ਪੱਠਿਆਂ ਦੇ ਉੱਤੇ ਅਸਾਂ ਸੱਟ ਲਈ ਹੈ ਯੂਰੀਆ ਟ੍ਰੀਟਿਡ ਪਰਾਲੀ ਇਹ ਆਮ ਪਰਾਲੀ ਨਹੀਂ ਰਾਈਸ ਸਟਰਾ ਇਹ ਸਮਝ ਲਓ ਕਿ ਇਹਨੂੰ ਅਸਾਂ ਯੂਰੀਆ ਟ੍ਰੀਟ ਕਰਕੇ ਇਹਦੀ ਵੈਸੇ ਆਮ ਰਵਾਇਤੀ ਤੌਰ 'ਤੇ ਜਾਨਵਰਾਂ ਨੂੰ ਜੇ ਪਾਉਂਦੇ ਨੇ ਤਾਂ ਉਹਦੀ ਗਜ਼ਾਇਤ ਹੁੰਦੀ ਹੈ 2-2.5% ਉਹਦਾ ਕਰੂਡ ਪ੍ਰੋਟੀਨ ਹੁੰਦਾ ਅਸਾਂ ਇਹਨੂੰ ਯੂਰੀਆ ਟ੍ਰੀਟ ਕਰਕੇ ਅਤੇ ਇਹਦੀ ਗਜ਼ਾਇਤ ਅਸਾਂ ਕਰ ਲਈ ਹੈ 7-8% ਅਲਹਮਦੁਲਿਲਾ ਇਹ ਸਭ ਤੁਹਾਡੀਆਂ ਭਰਾਵਾਂ ਦੀਆਂ ਦੁਆਵਾਂ ਨਾਲ ਹੀ ਹੈ ਭਰਾ ਲਈ ਦੁਆ ਕਰਦੇ ਰਿਹਾ ਕਰੋ ਇਹ ਜਵਾਨਾਂ ਨੇ ਹੋਰੇ ਕੀ ਕਹਾ ਖੜਾ ਅਤੇ ਕੁੱਕਰ ਸਾਡਾ ਕੁੱਕਰ ਜਿਹੜਾ ਵੇ ਇਹ ਪਾਣੀ ਛੱਡੀ ਜਾਂਦਾ ਵਾ ਮਾਸ਼ਾਅੱਲਾ ਜੀ ਗੋਸ਼ਤ ਸੋਹਣਾ ਗਲ ਗਿਆ ਹੁਣ ਇਹਨੂੰ ਭੁੰਨਣਾ ਵੇ ਇਹ ਤਾਂ ਇੱਕ ਹੋਰ ਜਵਾਨ ਵੀ ਆ ਗਿਆ ਵੇ ਚੱਲ ਨਾਰਾ ਮਾਰ ਕੰਮ ਜਵਾਨ ਦੀ ਜਵਾਨ ਦੀ ਗੋਸ਼ਤ ਵਾਲਾ ਛੋਰਾ ਅਰਫਾਨੇ ਦੇ ਵਿੱਚ ਕੱਢੀ ਹੈ ਯਹਨੀ ਤੇ ਹੁਣ ਯਹਨੀ ਪੀਂਦੇ ਨੇ ਸਾਰੇ ਜਵਾਨ ਸੁਬਾਹ ਤੁਹਾਨੂੰ ਜਿਹੜਾ ਮੈਂ ਵਹਾਇਆ ਸੀ ਜਿਹੜਾ ਮੇਰਾ ਛੱਤ ਡਿੱਗਾ ਵੇ ਉਹਦਾ ਜਿਹੜਾ ਛਤੀਰ ਟੁੱਟਾ ਸੀ ਉਹਦੇ ਹਿੱਸੇ ਦਾ ਹੁਣ ਇਹ ਪਾਉਣ ਲੱਗਿਆ ਛਤੀਰ ਇੱਧਰੇਂਕ ਇਹਨੂੰ ਜਨਾਬ ਹੈ ਟੋਇਆ ਕੱਢ ਲਿਆ ਵੇ ਨਾਲ ਵਰਕਆਊਟ ਵੀ ਹੋਣ ਡਿਆ ਵੇ ਤਾਂ ਕਿ ਸਾਡਾ ਜਿਹੜਾ ਅਸਾਂ ਬੀਫ ਖਾਣਾ ਵੇ ਉਹ ਅੱਧਾ ਮੱਛਾ ਹੋ ਜਾਂਦਾ ਮਾਸ਼ਾਅੱਲਾ ਜੀ ਅਲਹਮਦੁਲਿਲਾ ਸਾਡਾ ਲੰਗਰ ਰੈਡੀ ਹੈ ਤੇ ਹੁਣ ਅਸੀਂ ਇਹਦੀ ਲਾਵਾਂਗੇ ਤਬਾਹੀ ਅਲਹਮਦੁਲਿਲਾ ਜੀ ਲੰਗਰ ਅਸਾਂ ਖਾ ਲਿਆ ਵੇ ਮਾਸ਼ਾਅੱਲਾ ਬਹੁਤ ਹੀ ਮਜ਼ਾ ਆਇਆ ਵੇ ਸ਼ੁਕਰ ਹੈ ਮਾਲਕ ਦਾ ਤੇ ਹੁਣ ਅਸੀਂ ਗ੍ਰੀਨ ਟੀ ਤਿਆਰ ਕਰਨਾ ਵੇ ਇਹ ਗ੍ਰੀਨ ਟੀ ਹੋ ਰਹੀ ਹੈ ਤਿਆਰ ਗ੍ਰੀਨ ਟੀ ਇਸ ਲਈ ਤਿਆਰ ਕਰ ਰਿਹਾ ਵਾ ਸੁਬਾਹ ਵੀ ਮੈਂ ਇੱਕ ਕੱਪ ਖਿੱਚਿਆ ਸੀ ਅਤੇ ਗ੍ਰੀਨ ਟੀ ਜਿਹੜੀ ਹੈ ਕੈਲਰੀਜ਼ ਨੂੰ ਬਰਨ ਕਰਦੀ ਹੈ ਕਿਉਂਕਿ ਗੋਸ਼ਤ ਤੁਹਾਨੂੰ ਪਤਾ ਵੱਡਾ ਗੋਸ਼ਤ ਪਹੁੰਚਾਉਣਾ ਹਾਲਾ ਜੀ ਦਾ ਵਾੜਾ ਨਹੀਂ ਉਹਦੇ ਲਈ ਵਰਕਆਊਟ ਸਭ ਨਾਲ ਪਹਿਲਾ ਰੂਲ ਹੈ ਅਤੇ ਦੂਸਰਾ ਰੂਲ ਹੈ ਕਿ ਤੁਸੀਂ ਗ੍ਰੀਨ ਟੀ ਇਹਦੇ ਨਾਲ ਜਦੋਂ ਆਪਣਾ ਪੀਂਦੇ ਹੋ ਨਾ ਅਤੇ ਫਿਰ ਤੁਹਾਨੂੰ ਆਪਣਾ ਹੀ ਇੱਕ ਸਰੂਰ ਮਿਲੇਗਾ ਇਨਸ਼ਾਅੱਲਾ ਅਲਹਮਦੁਲਿਲਾ ਗ੍ਰੀਨ ਟੀ ਹੋ ਗਈ ਹੈ ਤਿਆਰ ਮੇਲੇ ਦੇ ਵਿੱਚ ਜਿਹੜਾ ਵੀ ਨਾ ਜੰਗਲ ਬੀਜਾ ਪਾਉਣ ਦੇ ਵਿੱਚ ਇਹ ਉਂਝ ਹਾਂਡੀ ਪਕਾਉਣ ਵਾਲਾ ਚਮਚਾ ਜਿੱਥੇ ਅਸੀਂ ਗ੍ਰੀਨ ਟੀ ਜਿਹੜਾ ਨਾ ਸੱਟੀ ਜਾਂਦੇ ਹਾਂ ਸਾਡਾ ਦਰਖਤ ਜਿਹੜਾ ਵੇ ਉਹ ਵੀ ਸਮਝ ਲਓ ਕਿ ਨੇੜੇ ਲੱਗ ਗਿਆ ਹੁਣ ਜਲਦੀ ਕੰਮ ਜਿਹੜਾ ਵੇ ਇਹਦਾ ਵੀ ਕਲੀਅਰ ਹੋ ਜਾਂਦਾ ਇਹਨੂੰ ਹੁਣੇ ਥੱਲੇ ਸਾਠਣ ਲੱਗਿਆ ਇਨਸ਼ਾਅੱਲਾ ਲਾਸਟ ਵਨ ਜੜ ਰਹਿ ਗਈ ਉਹਨੇ ਤਾਂ ਵਸਦੀ ਪਾ ਖੜਿਆ ਮੈਂ ਹੁਣ ਇਹਦਾ ਵੀ ਕਰ ਲੈਂਦੇ ਹੱਲ ਹੁਣ ਆ ਰਹੀ ਹੈ ਜੀ ਥੱਲੇ ਅਲਹਮਦੁਲਿਲਾ ਜੀ ਦਰੇਕ ਸਾਡੀ ਪੁੱਟ ਕੱਤੀ ਹੈ ਹੁਣ ਧਾਰਾਂ ਕੱਢਣ ਦੀ ਤਿਆਰੀ ਹੋਣ ਲੱਗੀ ਹੈ ਇਨਸ਼ਾਅੱਲਾ ਅਲਹਮਦੁਲਿਲਾ ਜੀ ਧਾਰਾਂ ਸ਼ਾਰਾਂ ਨਿਕਲ ਗਈਆਂ ਨੇ ਤੁਹਾਡੀ ਕੁਆਲਿਟੀ ਕੰਟਰੋਲ ਅਫੀਸਰ ਇਹ ਬਿੱਲੀ ਇਹਨੇ ਹੁਣ ਦੁੱਧ ਪੀਣਾ ਵੇ ਅੱਜ ਤੱਕ ਲਈ ਬਸ ਇੰਨਾ ਹੀ ਦੁਆਵਾਂ 'ਚ ਯਾਦ ਰੱਖਿਓ ਅਸਲਾਮੁਅਲੈਕੁਮ ਵਰਹਿਮਤੁਲਾਹਿ ਵਬਰਕਾਤ